7/2020 ਨੂੰ ਇੱਕ ਮੁਕੱਦਮਾ ਦਰਜ ਹੋਇਆ ਸੀ ਛਿਆਟੇ ਥਾਣੇ 'ਚ, ਜਿਹੜਾ ਕਿ ਇਹਨਾਂ ਨੇ ਏਟੀਐਮ ਲੁੱਟਿਆ ਸੀਗਾ ਦੋਸ਼ੀਆਂ ਨੇ। ਇਹ ਪ੍ਰਤਾਪ ਬਾਜ਼ਾਰ ਦੇ ਵਿੱਚ ਇਹ ਵਾਰਦਾਤ ਹੋਈ ਸੀਗੀ ਅਤੇ ਏਟੀਐਮ ਦੇ ਵਿੱਚੋਂ ਤੋੜ ਕੇ ਅਤੇ ਉਹਦੇ 'ਚੋਂ ਪੈਸੇ ਕੱਢ ਕੇ ਕਰੀਬ 2.5 ਲੱਖ ਰੁਪਈਆ ਇਹ ਲੈ ਗਏ ਸੀ। ਅੱਜ ਇੱਕ ਕੱਲ੍ਹ ਗੁਪਤ ਇਨਫੋਰਮੇਸ਼ਨ ਦੇ ਉੱਤੇ, ਸੀਕ੍ਰੇਟ ਇਨਫੋਰਮੇਸ਼ਨ ਦੇ ਉੱਤੇ ਇੰਚਾਰਜ CIA ਸਰਦਾਰ ਸੁਖਵਿੰਦਰ ਸਿੰਘ ਜੀ ਨੂੰ ਇਨਫੋਰਮੇਸ਼ਨ ਮਿਲੀ ਅਤੇ ਇੱਕ ਟੀਮ ਜਿਹੜੀ SHO ਛਿਆਟਾ ਦੇ ਨਾਲ ਕੋਆਰਡੀਨੇਟ ਕਰਕੇ ਇਸ ਬਣਾਈ। ਅਤੇ ਕੱਲ੍ਹ ਸੀਕ੍ਰੇਟ ਇਨਫੋਰਮੇਸ਼ਨ 'ਤੇ ਜਦੋਂ ਗੱਡੀ ਆ ਰਹੀ ਸੀਗੀ ਇੰਡੀਆ ਗੇਟ ਤੋਂ, ਅਤੇ ਸ਼ੱਕੀ ਗੱਡੀ ਜਿਸ 'ਤੇ ਇਹ ਵਾਰਦਾਤ ਕਰਦੇ ਹੈ ਉਹ ਇੰਡੀਗੋ ਗੱਡੀ ਨੂੰ ਇਹਨਾਂ ਨੇ ਡੱਕਿਆ, ਅਤੇ ਜਿਹਦੇ 'ਚੋਂ 3 ਦੋਸ਼ੀ ਜਿਹੜੇ ਆ ਉਹੀ ਬੈਠੇ ਸੀਗੇ ਜਿਨ੍ਹਾਂ ਨੇ ਵਾਰਦਾਤ ਪਹਿਲਾਂ ਕੀਤੀ ਸੀਗੀ। ਇਹਨਾਂ 'ਚ ਇੱਕ ਦੋਸ਼ੀ ਦਾ ਨਾਂ ਦਲਜੀਤ ਸਿੰਘ ਸੋਨੂੰ, ਜਿਹੜਾ ਹਰੀਕੇ ਪੱਤਣ ਦਾ ਰਹਿਣ ਵਾਲਾ। ਇਹ ਘੱਟੋ ਘੱਟ 14-15 ਵਾਰਦਾਤਾਂ ਇਹਨੇ ਕੀਤੀਆਂ ਹੈਗੀਆਂ ਅਤੇ ਇਹਦਾ PO ਵੀ ਹੈ ਅਲੱਗ ਅਲੱਗ ਜਗ੍ਹਾ 'ਚੋਂ, ਆਊਟ ਆਫ ਸਟੇਟ, ਹਿਮਾਚਲ, ਹਰਿਆਣਾ, ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ 'ਚੋਂ ਇਹਨਾਂ ਨੇ ATM ਜਿਹੜੇ ਲੁੱਟੇ ਹੈ। ਅਤੇ ਇਹ PO ਵੀ ਹੈ, ਇਹ ਵਾਰਦਾਤ ਕਰਨ ਦੇ ਆਦੀ ਹੈ ਅਤੇ ਇਹ ਬਿਲਡਿੰਗ ਦਾ ਵਗੈਰਾ ਦਾ ਕੰਮ ਜਿਹੜਾ ਇਹ ਕਰਦਾ ਸੀਗਾ ਅਤੇ ਨਾਲ ਇਹ ਵਾਰਦਾਤਾਂ ਹੀ ਕਰਦਾ ਸੀ। ਇਹਦੇ ਨਾਲ ਇੱਕ ਦੋਸ਼ੀ ਜਸਵਿੰਦਰ ਸਿੰਘ ਬਨ ਸਿੰਘ ਬਿੱਲਾ, ਜਿਹੜੇ ਥਾਣੇ ਜੰਡਿਆਲਾ ਮਾਨਾ ਵਾਲੇ ਦੇ ਰਹਿਣ ਵਾਲੇ ਨੇ, ਅਤੇ ਇਹ ਵੀ ਕਿਰਾਏ 'ਤੇ ਮਕਾਨ ਲੈ ਕੇ ਸੁਲਤਾਨ ਪਿੰਡ ਰਹਿੰਦੇ ਸੀਗੇ ਅਤੇ ਉੱਥੇ ਫਿਰ ਇਹ ਨਾਲ ਇਹਨਾਂ ਦੇ ਕੋਆਰਡੀਨੇਟ ਸੀਗਾ, ਇਹਨਾਂ ਦੇ ਇਕੱਠਿਆਂ ਨੇ ਵਾਰਦਾਤ ਕੀਤੀ। ਅੱਗੇ ਇਹਨਾਂ ਕੋਲੋਂ ਅੱਜ ਅਸੀਂ ਇੱਕ ਜਿਹੜਾ ਹੈਗਾ ਉਹ ਗੈਸ ਕਟਰ ਜਿਹਦੇ ਨਾਲ ਇਹ ਵੱਢਦੇ ਸੀਗੇ ATM ਨੂੰ, ਉਹ ਬਰਾਮਦ ਕੀਤਾ ਅਤੇ ਬਾਕੀ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ। ਇਨਵੈਸਟੀਗੇਸ਼ਨ ਦੇ ਨਾਲ ਅੱਗੇ ਜੋ ਵੀ ਸਾਹਮਣੇ ਆਏਗਾ, ਜੋ ਰਿਕਵਰੀ ਆਊਗੀ ਉਹ ਅੱਗੇ ਕਾਨੂੰਨ ਦੇ ਮੁਤਾਬਕ ਅਮਲ 'ਚ ਲਿਆਂਦੀ ਜਾਏ। ਫਿਲਹਾਲ ਸਾਡੇ ਕੋਲ ਗੈਸ ਕਟਰ, ਇੱਕ ਗੱਡੀ ਬਰਾਮਦ ਹੋਈ ਹੈ, ਉਸ ਤੋਂ ਬਾਅਦ ਅਸੀਂ ਰਿਮਾਂਡ ਲੈ ਕੇ ਨੈਕਸਟ ਇਹਦੀ ਜਿਹੜੀ ਹੈ ਉਹ ਬਰਾਮਦੀ ਕਰਾਂਗੇ। ਸਿਲੰਡਰ ਗੈਸ ਪਹਿਲਾਂ ਵੀ ਇਹਨਾਂ ਦੇ ਅਲੱਗ ਅਲੱਗ ਥਾਣਿਆਂ 'ਚ ਮਾਮਲੇ ਦਰਜ ਨੇ, ਘੱਟੋ ਘੱਟ ਤੁਹਾਨੂੰ ਦੱਸਿਆ ਨਾ ਕਿ 14 ਜੀਤੀਆਂ ਨੇ ਅਤੇ ਉਹ ਬਾਕੀ ਅਸੀਂ ਗੇਟ ਟੀਮਾਂ। ਨਹੀਂ, ਨਸ਼ੇ ਵਾਲੀ ਗੱਲ ਕੋਈ ਅਜੇ ਸਾਹਮਣੇ ਨਹੀਂ ਆਈ, ਇਨਵੈਸਟੀਗੇਸ਼ਨ ਜਾਰੀ ਹੈ, ਜੋ ਸਾਹਮਣੇ ਆਏਗਾ ਦੱਸਾਂਗੇ। Subscribe to our YouTube channel News DNN by clicking the bell icon. Don't forget to like, comment and share.